ਆਖਰੀ ਗਿਫਟ ਤੁਹਾਡੀ ਕਲੈਪ ਕਰੋ ਅੱਲਾ ਦੀ ਕਸਮ ਮੇਰੀ ਵਾਕਫ ਨਹੀਂ ਹੈਗੀ ਜੀ ਜੀ ਹਾਂ ਫਰਮਾਉਂਦੇ ਨੇ ਜਿਸ ਯਾਰ ਦੇ ਯਾਰ ਹਜ਼ਾਰ ਹੋਵੇ ਉਸ ਯਾਰ ਨੂੰ ਯਾਰ ਨਾ ਸਮਝੀ ਤੇ ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ ਉਹਦੇ ਪਿਆਰ ਨੂੰ ਪਿਆਰ ਨਾ ਸਮਝੀ ਹੋਵੇ ਯਾਰ ਤੇ ਦੇਵੇ ਹਾਰ ਤੈਨੂੰ ਉਸ ਹਾਰ ਨੂੰ ਹਾਰ ਨਾ ਸਮਝੀ ਤੇ ਬੁੱਲੇ ਸ਼ਾਹ ਭਾਵੇਂ ਜਿੰਨਾ ਵੀ ਯਾਰ ਗਰੀਬ ਹੋਵੇ ਉਹਦਾ ਪਿਆਰ ਬੇਕਾਰ ਨਾ ਸਮਝੀ ਅਸੀਂ ਗੁਲੂਕੋਸ ਲੋਕ ਆ ਉਹ ਗੁਲੂਕਾਨ ਦਾ ਹੈ ਸਾਡੇ ਪਿੰਡ ਤੇ ਰੌਲਾ ਪਿਆ ਗੁਲੂਕੋਸੀ ਦਾ ਉਹ ਕਹਿੰਦੇ ਨੇ ਹਮਕਾਰ ਹੀ ਇੱਕ ਦੋ ਲਵਾ ਕਮਲਿਆ ਅਸੀਂ ਤੇ ਗਾਣੇ ਬੋਲਣੇ ਇਹੋ ਜਿਹੇ ਹਾਂ ਸਾਡੇ ਕਿਸੇ ਨੇ ਨਹੀਂ ਸੁਣੇ ਅੱਛਾ ਅਸੀਂ ਤਿੰਨ ਸੁਣਾਉਣਾ ਚਾਹੁੰਦੇ ਹਾਂ ਅੱਛਾ ਓ ਸੋਹਣੀ ਤੇ ਅੱਗੇ ਕਿੱਧਰ ਚੱਲਾਂ ਇੱਥੇ ਖਲੋ ਮਾਰ ਉਹ ਅੱਗੇ ਇੰਜ ਬੈਠੇ ਨੇ ਓ ਸੋਹਣੀ ਗੁਜਰਾਤ ਵਾਲੀ ਸੋਹਣੀ ਤੂੰ ਕੀ ਸਮਝਿਆ ਸਾਡੇ ਪਿੰਡ ਵਾਲੀ ਸੋਹਣੀ ਗੁਜਰਾਤ ਵਾਲੀ ਸੋਹਣੀ ਅੱਧੀ ਰਾਤ ਅੱਗੇ ਅੱਧੀ ਰਾਤ ਪਿੱਛੇ ਸੋਹਣੀ ਪੂਜਿਆਂ ਦੇ ਵਿੱਚੋਂ ਦੀ ਲੰਘਦੀ ਲਗਾਉਂਦੀ ਜੇ ਇਸਲੇ ਚਨਾਹ ਤੇ ਪਹੁੰਚੀ ਏ ਤੇ ਵੇਖਿਆ ਕਿ ਚਨਾਹ ਠਾਠਾਂ ਪਿਆ ਮਾਰਦਾ ਸੀ ਨੀ ਸੋਹਣੀਏ ਸੋਹਣੀ ਨੇ ਵੇਖਿਆ ਕੱਚੇ ਘੜੇ ਦੀ ਥਾਂ ਤੇ ਕੱਚਾ ਘੜਾ ਹੀ ਪਿਆ ਹੋਇਆ ਕੱਚੇ ਘੜੇ ਦੀ ਜਗ੍ਹਾ ਤੇ ਕੱਚਾ ਘੜਾ ਹੀ ਪਿਆ ਹੋਇਆ ਵਾਹ ਸੋਹਣੀ ਕਹਿਣ ਲੱਗੀ ਮੈਂ ਬਾਹਰ ਜਾਣਾ ਕਹਿੰਦਾ ਮੈਂ ਕੱਚਾ ਅੱਛਾ ਕਹਿੰਦੀ ਤੂੰ ਕੱਚਾ ਤੇ ਫੇਰ ਕੀ ਇਹ ਮੇਰਾ ਪਿਆਰ ਤੇ ਸੱਚਾ ਹੈ ਨਾ ਹੋਰ ਸੁਣਨ ਵਾਲਿਓ ਲੋਕੋ ਦਿਲ ਪਿੱਛੇ ਹੋਇਓ ਕੜਾ ਕਹਿਣ ਲੱਗਾ ਸੋਹਣੀਏ ਮੇਰੀ ਬੀਬੀ ਭੈਣ ਕਿਸੇ ਹੋਰ ਸ਼ਹਿਰ ਤੇ ਚਲੀ ਜਾ ਮੈਂ ਨਹੀਂ ਜਾ ਸਕਦਾ ਇੱਥੋਂ ਨਿਊਖਾਂ ਬੱਸਾਂ ਜਾਂਦੀਆਂ ਉਹਦੇ ਤੇ ਚਲੀ ਜਾ ਇੱਥੋਂ ਚਿੰਗ ਚਿੰਗ ਰਕਸ਼ੇ ਜਾਂਦੇ ਉਹਦੇ ਤੇ ਚਲੀ ਜਾ ਮੂਲੀਆਂ ਵਾਲੇ ਰੇੜੇ ਜਾਂਦੇ ਨੇ ਉਹਦੇ ਤੇ ਚਲੀ ਜਾ ਘੜੇ ਨੇ ਕਿਹਾ ਘੜੇ ਨੇ ਮੇਰੇ ਮੂੰਹ ਤੇ ਕਿਹਾ ਮੂਸੇ ਕੋਲੋਂ ਤਾਂ ਹਜੋਂ ਕਿਹਾ ਆਹੋ ਨਹੀਂ ਮੈਂ ਤੇਰੇ ਤੇ ਜਾਣਾ ਹੈ ਅੱਛਾ ਕਹਿੰਦਾ ਮੈਂ ਨਹੀਂ ਜਾ ਸਕਦਾ ਮੇਰੀ ਮਜਬੂਰੀ ਹੈ ਕਹਿੰਦੀ ਕੀ ਮਜਬੂਰੀ ਹੈ ਕਹਿੰਦਾ ਮੈਨੂੰ ਮੋਰੀ ਹੋ ਚੁੱਕੀ ਹੈ ਨੀ ਮੋਰੀ ਹੈ ਲਾਣਾ ਤੇਰੀ ਪੁਕਾਰ ਤੇ ਸੋਹਣੀਏ ਸੋਹਣੀਏ ਨੀ ਸੋਹਣੀਏ ਕਹਿੰਦੀ ਮੇਰੇ ਯਾਰ ਨੇ ਉਧਰ ਪੱਟ ਦੇ ਕਬਾਬ ਬਣਾ ਕੇ ਰੱਖੇ ਨੇ ਮੈਂ ਉਹ ਖਾਣੇ ਨੇ ਜਾ ਕੇ ਤੇਰੀ ਮਿਹਰਬਾਨੀ ਮੈਨੂੰ ਪਹੁੰਚਾ ਦੇ ਕਹਿੰਦਾ ਮੈਂ ਨਹੀਂ ਜਾ ਸਕਦਾ ਸੋਹਣੀ ਘੜੇ ਨੂੰ ਫਰਿਆਦ ਕਰਦੀ ਕੜਾ ਸੋਹਣੀ ਨੂੰ ਫਰਿਆਦ ਕਰਦਾ ਕੀ ਫਰਿਆਦ ਕਰਦੀ ਹੈ ਉਹ ਸੁਣ ਵਾਲੋ ਮੈਨੂੰ ਪਾਰ ਲੰਘਾ ਦੇ ਯਾਰ ਬਹੁਤ ਅੱਛੇ ਯਾਰ ਕਿਆ ਬਾਤ ਓਏ ਤਲਵਾਰ ਫੜ ਅੰਦਰੋਂ ਸਹੀ ਹੈ ਜੀ ਨਹੀਂ ਕਿਉਂ ਇੰਗਲਿਸ਼ ਮੈਂ ਸੁਣਾਏ ਇੰਗਲਿਸ਼ ਇੰਗਲਿਸ਼ ਮੈਂ ਸੋਹਣੀ ਸੁਣਾਏ ਬੇਬੇ ਮੇਰੀ ਪੰਜਾਬੀ ਨਹੀਂ ਤੇ ਮੈਂ ਤੈਨੂੰ ਕਿੱਥੋਂ ਪਲੇ ਸੁਣਾ ਦਵਾਂ ਇੰਗਲਿਸ਼ ਸੁਣਾ ਸਾਲਾ ਨਹੀਂ ਯਾਦ ਹੋਈ
ਲੱਗਦਾ ਮਜ਼ਦੂਰ ਦੀ ਦਿਹਾੜੀ ਮਰੀ ਇੰਗਲਿਸ਼ ਮੈਨੂੰ ਨਹੀਂ ਆਉਂਦੀ ਟ੍ਰਾਈ ਟ੍ਰਾਈ ਅੱਛਾ ਟ੍ਰਾਈ ਕਰੇ ਨਾ ਸਿਗਨਲ ਲਾਓ ਇੱਕ ਜ਼ਰਾ ਓਏ ਸੈਮ ਕਿਉਂ ਜੋ ਫਾਸਟ ਬੋਲੋ ਇੰਗਲਿਸ਼ ਓ ਬਿਊਟੀ ਵੀ ਕਮਾਲ ਬਿਊਟੀ ਵਾਹ ਵਾਹ ਬੜੀ ਸਵੀਟ ਬਿਊਟੀ ਬਹੁਤ ਅੱਛੇ ਬੜੀ ਹਾਰਡ ਬਿਊਟੀ ਵਾਹ ਆਈ ਐਮ ਰਿਕਵੈਸਟ ਬਿਊਟੀ ਤੂੰ ਕੀ ਸਮਝਦਾ ਸਾਡੇ ਵਿਲਜ ਵਾਲੀ ਬਿਊਟੀ ਆਈ ਨੋ ਵਿਲਜ ਕਿਹੜਾ ਗੁਜਰਾਤ ਵਾਲੀ ਬਿਊਟੀ ਅੱਛਾ ਗੁਜਰਾਤ ਹਾਫ ਨਾਈਟ ਅਗੇ ਹਾਫ ਨਾਈਟ ਬੈਕ ਉਹ ਕੀ ਕਹਿ ਬੈਠੀ ਹੈ ਸੋਹਣੀ ਟਿੰਟਰੋਨ ਦੇ ਵਿੱਚੋਂ ਦੀ ਲੰਘਦੀ ਲਗਾਉਂਦੀ ਟਿੰਟਰੋਨ ਇਹ ਟਿੰਟਰੋਨ ਕੀ ਹੈ ਬੂਝਿਆਂ ਦੇ ਵਿੱਚੋਂ ਦੀ ਲੰਘਦੀ ਲਗਾਉਂਦੀ ਅੱਛਾ ਰਸਤਾ ਬਣਾ ਕੇ ਜਿਸ ਲਈ ਚਨਾ ਲੀਵਰ ਤੇ ਪਹੁੰਚੀਏ ਤੇ ਚਨਾ ਲੀਵਰ ਇੰਜੋਏ ਕਰ ਰਿਹਾ ਸੀ ਨੀ ਬਿਊਟੀ ਏ ਲੁੱਕ ਮੀ ਵੇਖਿਆ ਕੱਚੇ ਪੀਰੀਡ ਦੀ ਥਾਂ ਤੇ ਕੱਚਾ ਪੀਰੀਡੀ ਪਿਆ ਹੋਇਆ ਅੱਛਾ ਉਰਦੂ ਚ ਇੰਜ ਆਈ ਨਵਰੇ ਸਿੰਘ ਖੈਨ ਨਵਰੇ ਸਿੰਘ ਖੈਨ ਘੜਾ ਪਿਆ ਆਈ ਅੱਛਾ ਬਿਊਟੀ ਕਹਿਣ ਲੱਗੀ ਆਈ ਐਮ ਕ੍ਰਾਸਿੰਗ ਆਂਦਾ ਨੋ ਕ੍ਰਾਸਿੰਗ ਕ੍ਰਾਸਿੰਗ ਕਹਿੰਦੀ ਮੇਰੀ ਰਿਕਵੈਸਟ ਕ੍ਰਾਸਿੰਗ ਆਈ ਐਮ ਰਿਕਵੈਸਟ ਨਵਰੇ ਸਿੰਘ ਖੈਨ ਨਵਰੇ ਸਿੰਘ ਬੀਬੋ ਨਵਰੇ ਸਿੰਘ ਨੇਰੇ ਉਹ ਨੇਰੇ ਪੌਸਲੀ ਖੈਨ ਗਲਤ ਫਰਨ ਨੇਰੇ ਪਿਸੀ ਦੀ ਖੈਨ ਲੈਟ ਪੀਸ ਬਿਊਟੀ ਜੋ ਸੀ ਕੈਂ ਨਾਮ ਸਾਹਮਣੇ ਵਰ ਸੀ ਕੀ ਨੇ ਹੈ ਇਨੇ ਰੀ ਪੀ ਸੇ ਕੈਂ ਤੇ ਕੀ ਹੋ ਰਹਾ ਮੈਂ ਕੜਾ ਕਹਿ ਲਗਾ ਆਈ ਐਮ ਮੈਨੂੰ ਹੌਲ ਹੋ ਚੁੱਕਾ ਹੈ ਹੌਲ ਇਹ ਹੌਲ ਕੀ ਹੈ ਹੌਲ ਮੈਂ ਕਹਿੰਦਾ ਮੈਨੂੰ ਮੋਰੀ ਹੋ ਚੁੱਕੀ ਹੈ ਕੀ ਮੋਰੀ ਹੈ ਪੂਰੀ ਦੁਨੀਆ ਦੇ ਵਿੱਚ ਨਾ ਹੋਏ ਇਸ ਮੁਹੱਲੇ ਦੇ ਲੋਕਾਂ ਦੇ ਹਿੰਦ ਸਿੰਧ 'ਚ ਨਾ ਹੋਏ ਪੂਰੀ ਦੁਨੀਆ 'ਚ ਨਾ ਹੋਏ ਅਤੇ ਮੁਹੱਲੇ ਦੇ ਵਿੱਚੋਂ ਆਹਾ ਉਹ ਘਰ ਆ ਇਹ ਯਾਨੀ ਕਿ ਸਾਡੇ ਉਸਤਾਦ ਮੋਹਤਰਮ ਖਾਨ ਸਾਹਿਬ ਦਾ ਘਰ ਆ ਓਹੋ ਜਦੋਂ ਖਾਨ ਸਾਹਿਬ ਜਿਉਂਦੇ ਸੀਗੇ ਕੀ ਬਰੀਕ ਹਾਂਡੀਆਂ ਪੱਕਦੀਆਂ ਸੀਗੀਆਂ ਕਿਤੇ ਕਰੇਲੇ ਗੋਸ਼ਤ ਪੱਕ ਰਹੇ ਆ ਕਿਤੇ ਦੇਸੀ ਕੁੱਕੜ ਪੱਕ ਰਿਹਾ ਕਾਲੀ ਮਿਰਚ ਪਾ ਕੇ ਲੇਕਿਨ ਜਦੋਂ ਦੇ ਖਾਨ ਸਾਹਿਬ ਫੌਤ ਹੋ ਗਏ ਉਦੋਂ ਦੀ ਮੇਰੀ ਦਾਲ ਦਾਲ ਤਾਂ ਸਿਰਫ ਦਾਲ ਸਿੱਧੀ ਕਰਾਈ ਸਿੱਧੀ ਕਰਾਈ ਆ ਸਿਧਾ ਦਿਆ ਹਾਂ
ਕੀ ਜ਼ਮਾਨਾ ਆ ਗਿਆ ਓਏ ਹੋਏ 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 ਤੋਬਾ ਤੋਬਾ ਪਿੱਛੇ ਚੌਕ ਦੇ ਵਿੱਚ ਕੁੜੀ ਜਵਾਨ ਖਰੋਤੀ ਅੱਛਾ ਉਹਨੂੰ ਦੋ ਮੁੰਡੇ ਛੇੜਨ ਦੇ ਸਨ ਓਏ ਹੋਏ ਉਹਦਾ ਭਰਾ ਐਡਾ ਬਗੈਰੇ ਤੱਕੂ ਕਹਿੰਦਾ ਓਏ ਹੋਏ ਦੱਸੋ ਕੀ ਜ਼ਮਾਨਾ ਆ ਗਿਆ ਜ਼ਮਾਨਾ ਵਾਕਈ ਬੜਾ ਬਦਲ ਗਿਆ ਸਹੀ ਗੱਲ ਭੁੰਡੀ ਬੜੀ ਹੋ ਰਹੀ ਤੂੰ ਤਾਂ ਘਰ ਹੀ ਨਹੀਂ ਹੁੰਦਾ ਮੈਂ ਪਿਸ਼ਾਵਰ ਮੁਲਤਾਨ ਹਰ ਜਗ੍ਹਾ ਫੰਕਸ਼ਨ ਕੀਤੇ ਨੇ ਉਹ ਬਾਜੀ ਰੇਸ਼ਮ ਆਇਆ ਕਿਆ ਬਾਤ